ਤਤਕਾਲ ਤੁਸੀਂ ਪੀਐਨਸੀਐਨ ਦੇਖ ਰਹੇ ਹੋ ਖਬਰਾਂ ਦੇ ਸਬਲਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਬੁਲਟਨ ਦੇ ਵਿੱਚ ਕੈਨੇਡਾ ਭਰ ਤੋਂ ਅਸੀਂ ਤੁਹਾਨੂੰ ਕਈ ਵੱਡੀਆਂ ਖਬਰਾਂ ਦੱਸਾਂਗੇ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ ਐਕਸਪ੍ਰੈਸ ਐਂਟਰੀ ਦਾ ਇੱਕ ਤਾਜ਼ਾ ਜ ਡਰਾ ਵੀ ਕੱਢਿਆ ਗਿਆ ਹੈ ਕੈਲਗਰੀ ਤੋਂ ਇੱਕ ਔਰਤ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਵਿਅਕਤੀ ਨੂੰ ਉਸਦੇ ਬੱਚੇ ਦੇ ਕਤਲ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਵਿਨੀਪੈਗ ਦੇ ਵਿੱਚ ਇੱਕ ਔਰਤ ਨੂੰ ਬੱਚੀ ਆਪਣੀ ਗਾਰਬੇਜ ਦੇ ਵਿੱਚ ਯਾਨੀ ਕਿ ਕੂੜੇ ਦੇ ਵਿੱਚ ਸੁੱਟਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਖਬਰਾਂ ਸੀ ਤੁਹਾਨੂੰ ਕੈਨੇਡਾ ਭਰ ਤੋਂ ਦੱਸਾਂਗੇ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਇਸੇ ਖਬਰ ਦੇ ਨਾਲ ਕਰਾਂਗੇ ਕਿ ਜੋ ਇੱਕ ਵਿਨੀਪੈਗ ਤੋਂ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਕਿ ਆਪਣੀ ਜਿਉਂਦੀ ਬੱਚੀ ਕੂੜੇਦਾਨ ਦੇ ਵਿੱਚ ਸੁੱਟ ਦਿੱਤੀ ਜਿਸ ਤੋਂ ਬਾਅਦ ਉਸ ਬੱਚੀ ਨੇ ਦਮ ਵੀ ਤੋੜ ਦਿੱਤਾ ਤੇ ਅੱਗੇ ਕੀ ਹੈ ਪੂਰਾ ਮਾਮਲਾ ਤੇ ਪੁਲਿਸ ਨੇ ਇਸ ਬਾਰੇ ਜਾਣਕਾਰੀ ਜੋ ਸਾਂਝੀ ਕੀਤੀ ਹੈ ਉਹ ਤੁਹਾਨੂੰ ਹੁਣ ਦੱਸਾਂਗੇ ਵਿਨੀਪੈਗ ਵਿੱਚ ਇੱਕ ਔਰਤ ਵੱਲੋਂ ਆਪਣੀ ਨਵ ਜੰਮੀ ਬੱਚੀ ਨੂੰ ਕੂੜੇਦਾਨ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਮਾਮਲੇ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪਿਛਲੇ ਮਹੀਨੇ ਉਹਨਾਂ ਨੂੰ ਨਾਰਥ ਐਂਡ ਇਲਾਕੇ ਦੀ ਪਿਛਲੀ ਲੇਨ ਵਿੱਚ ਇੱਕ ਕੂੜੇਦਾਨ ਵਿੱਚੋਂ ਬੱਚੇ ਦੀ ਲਾਸ਼ ਮਿਲੀ ਜਿਸ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਲਜ਼ਮ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਂਚ ਕਰਤਾਵਾਂ ਨੇ ਕਿਹਾ ਕਿ ਬੱਚੀ ਜਿਸ ਦੀ ਉਹਨਾਂ ਨੇ ਬੇਬੀ ਮੋਰ ਵਜੋਂ ਪਛਾਣ ਕੀਤੀ ਹੈ ਦਾ ਜਨਮ ਗਾਰਡਨ ਸਿਟੀ ਦੇ ਇੱਕ ਘਰ ਵਿੱਚ ਹੋਇਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਜਦੋਂ ਉਹ ਜਿੰਦੀ ਸੀ ਤਾਂ ਉਸਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਗਿਆ ਸੀ ਬੱਚੇ ਦੀ ਮਾਂ ਤੇ ਨਵਜੰਮੀ ਬੱਚੀ ਦੇ ਕਤਲ ਅਤੇ ਉਸਦੀ ਲਾਸ਼ ਨੂੰ ਲੁਕਾਉਣ ਦਾ ਦੋਸ਼ ਲੱਗਿਆ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਔਰਤ ਨੇ ਆਪਣੀ ਧੀ ਨੂੰ ਕੂੜੇਦਾਨ ਵਿੱਚ ਪਾ ਦਿੱਤਾ ਸੀ ਜਦੋਂ ਕਿ ਉਹ ਅਜੇ ਵੀ ਜ਼ਿੰਦਾ ਸੀ ਇਸ ਪੂਰੀ ਘਟਨਾ ਦੇ ਨਾਲ ਬੋਇਡ ਐਵੇਨਿਊ ਵਿੱਚ ਰਹਿਣ ਵਾਲੇ ਲੋਕ ਬਹੁਤ ਸਦਮੇ ਵਿੱਚ ਨੇ ਪੁਲਿਸ ਕਨਸਟੇਬਲ ਨੇ ਕਿਹਾ ਕਿ ਮਾਮਲੇ ਵਿੱਚ ਔਰਤ ਦੀ ਪਛਾਣ ਬੱਚੇ ਨੂੰ ਜਨਮ ਦੇਣ ਦੇ ਤੌਰ ਤੇ ਕੀਤੀ ਗਈ ਸੀ ਅਤੇ ਉਸ ਔਰਤ ਨੂੰ ਨੇੜਲੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਡਾਕਟਰੀ ਕਾਰਨ ਕਰਕੇ ਉਸ ਨੂੰ ਹਸਪਤਾਲ ਲਿਜਾਣਾ ਪਿਆ ਉਸ ਤੋਂ ਬਾਅਦ ਮੁਲਜ਼ਮ ਨੂੰ 7 ਜੂਨ ਨੂੰ ਬੱਚੇ ਦੀ ਲਾਸ਼ ਦੇ ਮਿਲਣ ਦੇ ਸੰਬੰਧ ਵਿੱਚ ਹੈਡਿੰਗਲੇ ਮਹਿਲਾ ਸੁਧਾਰ ਸੰਸਥਾ ਵਿੱਚ ਭੇਜ ਦਿੱਤਾ ਗਿਆ ਜਿੱਥੇ ਮੁਲਜ਼ਮ ਔਰਤ 'ਤੇ ਕਈ ਦੋਸ਼ ਲੱਗੇ ਨੇ ਮੁਲਜ਼ਮ ਔਰਤ ਦਾ ਨਾਮ ਜਿਨੇਨ ਰੋਜ਼ਾ ਮੋਰ ਹੈ ਜਿਸ ਦੀ ਉਮਰ 31 ਸਾਲ ਦੀ ਦੱਸੀ ਜਾ ਰਹੀ ਹੈ ਅਤੇ ਫਿਲਹਾਲ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅੱਗੇ ਖਬਰ ਹੈ ਕਿ ਜੋ ਕੈਲਗਰੀ ਤੇ ਹੋਰ ਖੇਤਰਾਂ ਵਾਸਤੇ ਵਾਤਾਵਰਣ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਤੂਫਾਨ ਦੇ ਨਾਲ ਜੁੜੀ ਹੋਈ ਹੈ ਚੇਤਾਵਨੀ ਹੈ ਤੁਹਾਨੂੰ ਦੱਸਾਂਗੇ ਕਿ ਕੀ ਗੱਲਾਂ ਕਹੀਆਂ ਗਈਆਂ ਨੇ। ਇਨਵਾਇਰਨਮੈਂਟ ਅਤੇ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਕੈਲਗਰੀ ਸ਼ਹਿਰ ਦੇ ਉੱਤਰ ਪੱਛਮ ਅਤੇ ਪੂਰਬ ਵੱਲ ਦੇ ਖੇਤਰਾ ਵਿੱਚ ਖਤਰਨਾਕ ਤੂਫਾਨ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਸਿਟੀ ਆਫ ਕੈਲਗਰੀ 에ਅਰ ਟ੍ਰੀ ਬ੍ਰੋਕਸ ਅਤੇ ਹੋਰ ਸ਼ਹਿਰਾਂ ਵਿੱਚ ਭਾਰੀ ਮੀਂਹ ਤੇਜ਼ ਹਵਾ ਅਤੇ ਗੜੇ ਪੈਣ ਦੇ ਅਸਾਰ ਨੇ ਦੱਸਿਆ ਗਿਆ ਹੈ ਕਿ ਅਲਬਰਟਾ ਦੇ ਫੁੱਟ ਹਿਲਸ ਵਿੱਚ ਥੰਡਰਸਟਾਰਮ ਆਉਣ ਅਤੇ ਉੱਤਰ ਪੂਰਬੀ ਦਿਸ਼ਾ ਵੱਲ ਜਾਣ ਦੀ ਸੰਭਾਵਨਾ ਹੈ ਖਰਾਬ ਮੌਸਮ ਦਾ ਖਤਰਾ ਕਈ ਘੰਟਿਆਂ ਤੱਕ ਜਾਰੀ ਰਹੇਗਾ ਖਰਾਬ ਮੌਸਮ ਕਰਕੇ ਪ੍ਰਾਪਰਟੀ ਦਾ ਨੁਕਸਾਨ ਵਾਹਨਾ ਦੇ ਪਲਟਣ ਅਤੇ ਦਰਖਤਾਂ ਦੀ ਟਾਹਣੀਆਂ ਟੁੱਟਣ ਦਾ ਖੱਛਾ ਜਤਾਇਆ ਜਾ ਰਿਹਾ ਹੈ ਇਸ ਕਰਕੇ ਜੇਕਰ ਕਿਸੇ ਨੂੰ ਵੀ ਮੌਸਮ ਖਰਾਬ ਹੁੰਦਾ ਦਿਸਦਾ ਹੈ ਤਾਂ ਉਸ ਨੂੰ ਘਰ ਦੇ ਅੰਦਰ ਹੀ ਮੌਜੂਦ ਰਹਿਣ ਲਈ ਕਿਹਾ ਗਿਆ ਹੈ ਸਵੇਰ ਵਿੱਚ ਮੌਸਮ ਚੇਤਾਵਨੀ ਦੀ ਹੋਰ ਅਪਡੇਟ ਬਾਰੇ ਪਬਲਿਕ ਵੈਦਰ ਅਲਰਟਸ ਫੋਰ ਅਲਬਰਟਾ ਤੇ ਜਾ ਕੇ ਜਾਣਕਾਰੀ ਲਈ ਜਾ ਸਕਦੀ ਹੈ ਇਸ ਨਾਲ ਹੀ ਅਗਲੀ ਖਬਰ ਕਿ ਜੋ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਜੂਨ 8 2022 ਨੂੰ ਇਹ ਡਰਾਅ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਭੇਜੇ ਗਏ ਨੇ ਜਿਨ੍ਹਾਂ ਦੀ ਪੀਐਨਪੀ ਪਹਿਲਾਂ ਤੋਂ ਅਪਰੂਵ ਹੈ 932 ਜਣਿਆਂ ਨੂੰ ਇਹ ਇਨਵੀਟੇਸ਼ਨ ਗਏ ਨੇ ਮਾਰਚ ਮਹੀਨੇ ਤੋਂ ਬਾਅਦ ਹੁਣ ਤੱਕ ਦਾ ਇਹ ਪੀਐਨਪੀ ਅਪਰੂਵਲ ਵਾਲਿਆਂ ਵਾਸਤੇ ਸਭ ਤੋਂ ਵੱਡਾ ਡਰਾਮਨਿਆ ਗਿਆ ਹੈ 700 ਤੋਂ ਉੱਪਰ ਇਸ ਵਿੱਚ ਵੀ ਸੀਆਰਐਸ ਸਕੋਰ ਗਿਆ ਹੈ ਕਿਉਂਕਿ 600 ਪੁਆਇੰਟ ਤਾਂ ਪਹਿਲਾਂ ਹੀ ਮਿਲ ਜਾਂਦੇ ਨੇ ਉਹਨਾਂ ਨੂੰ ਜਿਨ੍ਹਾਂ ਦੀ ਪੀਐਨਪੀ ਅਪਰੂਵ ਹੋ ਜਾਂਦੀ ਹੈ ਤੇ ਫਿਰ ਯੋਗਤਾ ਦੇ ਆਧਾਰ ਦੇ ਉੱਤੇ ਬਾਕੀ ਉੱਪਰਲੇ ਪੁਆਇੰਟ ਹੁੰਦੇ ਨੇ ਜੋ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿ ਜੋ ਤਾਜ਼ਾ ਡਰਾ ਕੱਢਿਆ ਗਿਆ ਇਸ ਤੋਂ ਬਾਅਦ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਜੋ ਕਿ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਅਗਲੇ ਮਹੀਨੇ ਡਰਾ ਕੁਝ ਦਿਲਚਸਪ ਹੋਣ ਵਾਲੇ ਨੇ ਕਿਉਂਕਿ ਜੋ ਹੋਰ ਐਕਸਪ੍ਰੈਸ ਐਂਟਰੀ ਦੇ ਡਰਾ ਨੇ ਉਹ ਵੀ ਕੱਢੇ ਜਾਣਗੇ ਕਿਉਂਕਿ ਪਿਛਲੇ ਸਾਲ ਦੇ ਅੰਤ ਤੋਂ ਲੈ ਕੇ ਹੁਣ ਤੱਕ ਪੀਐਨਪੀ ਅਪਰੂਵਲ ਵਾਲਿਆਂ ਵਾਸਤੇ ਹੀ ਐਕਸਪ੍ਰੈਸ ਐਂਟਰੀ ਦੇ ਡਰਾ ਕੱਢੇ ਜਾ ਰਹੇ ਸਨ ਪਰ ਜੁਲਾਈ ਤੋਂ ਸ਼ੁਰੂਆਤ ਹੋ ਰਹੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲਿਆਂ ਵਾਸਤੇ ਤੇ ਇਸ ਨਾਲ ਹੀ ਫੈਡਰਲ ਸਕਿਲਡ ਵਰਕਰ ਟ੍ਰੇਡਸ ਪ੍ਰੋਗਰਾਮ ਹੈ ਉਸ ਨੂੰ ਲੈ ਕੇ ਤੇ ਹੋਰ ਡਰਾ ਵੀ ਕੱਢੇ ਜਾ ਸਕਦੇ ਨੇ ਜੋ ਕਿ ਅੱਗੇ ਲਗਾਤਾਰ ਜਾਰੀ ਰਹਿਣਗੇ ਇਸ ਸਬਾਰੇ ਜੋ ਵੀ ਅਪਡੇਟ ਆਵੇਗੀ ਉਸ ਤੁਹਾਨੂੰ ਦੱਸਾਂਗੇ ਅੱਗੇ ਤੁਹਾਨੂੰ ਇਹ ਵੀ ਜਾਣਕਾਰੀ ਦੱਸਾਂਗੇ ਕਿ ਜੋ ਸੁਪਰ ਵੀਜ਼ਾ ਦੇ ਵਾਸਤੇ ਇਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਉਸ ਦੇ ਬਾਰੇ ਇੱਕ ਖਾਸ ਰਿਪੋਰਟ ਅਸੀਂ ਪਹਿਲਾਂ ਹੀ ਪੀਐਨਸੀਐਨ ਦੇ ਉੱਤੇ ਸਾਂਝੀ ਕਰ ਚੁੱਕੇ ਹਾਂ ਜਿੱਥੇ ਕਿ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਸੁਣ ਸਕਦੇ ਹੋ ਪਰ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਜਿਹੜੀਆਂ ਦੋ ਮੁੱਖ ਗੱਲਾਂ ਨੇ ਉਹ ਤੁਹਾਨੂੰ ਅਸੀਂ ਦੱਸਾਂਗੇ ਕਿ ਪਹਿਲੀ ਇਹ ਹੈ ਕਿ ਪਹਿਲਾਂ ਤਾਂ ਏਸੀਕੇ ਸੁਪਰ ਵੀਜ਼ਾ ਦੇ ਵਿੱਚ ਜੋ ਮਾਪੇ ਨੇ ਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੇ ਉਹਨਾਂ ਨੂੰ ਸਿਰਫ 2 ਸਾਲ ਦੇ ਵਾਸਤੇ ਹੀ ਪਹਿਲਾਂ ਐਂਟਰੀ ਮਿਲਦੀ ਸੀ ਕੈਨੇਡਾ ਵਿੱਚ ਜੋ ਹੁਣ 5 ਸਾਲ ਲਈ ਮਿਲ ਸਕੇਗੀ ਤੇ ਅੱਗੇ ਹੋਰ 2 ਸਾਲ ਦੀ ਉਹ ਐਕਸਟੈਂਸ਼ਨ ਲੈ ਸਕਣਗੇ ਯਾਨੀ ਕਿ 7 ਸਾਲ ਲਈ ਲਗਾਤਾਰ ਕੈਨੇਡਾ ਵਿੱਚ ਰਹਿ ਸਕਣਗੇ ਤੇ ਇੰਸ਼ੋਰੈਂਸ ਜੋ ਮੈਡੀਕਲ ਇੰਸ਼ੋਰੈਂਸ ਕਰਵਾਈ ਜਾਂਦੀ ਹੈ ਇੰਟਰਨੈਸ਼ਨਲ ਕੰਪਨੀਆਂ ਦੇ ਵਾਸਤੇ ਵੀ ਇਸ ਸਬੰਧੀ ਅਪਡੇਟ ਜਾਰੀ ਕੀਤੀ ਗਈ ਹੈ ਤੇ ਵਿਸਥਾਰ ਵਿੱਚ ਇਸ ਦੇ ਬਾਰੇ ਅਸੀਂ ਜਾਣਕਾਰੀ ਪਹਿਲਾਂ ਇੱਕ ਰਿਪੋਰਟ ਵਿੱਚ ਪੀਐਨਸੀਨ ਦੇ ਉੱਤੇ ਸਾਂਝੀ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ ਅੱਗੇ ਜਾਣਕਾਰੀ ਜੋ ਕਿ ਇੱਕ ਲੈਥ ਬ੍ਰਿਜ ਦੇ ਵਿੱਚ ਨਸ਼ੇ ਸਮੇਤ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਕੈਲਗਰੀ ਦੀ ਇਹ ਔਰਤ ਹੈ ਜਿਸ ਦੇ ਕੋਲੋਂ ਕਰੀਬ ਅੱਧਾ ਕਿਲੋ ਸਿੰਥੈਟਿਕ ਨਸ਼ਾ ਮਿਲਿਆ ਲੇਥ ਬ੍ਰਿਜ ਵਿੱਚ ਕਰੀਬ ਅੱਧਾ ਕਿਲੋ ਦੇ ਨੇੜੇ ਫੈਂਟਨਿਲ ਮਿਲੀ ਜੋ ਕਿ ਨਸ਼ਾ ਤਸਕਰੀ ਦਾ ਇੱਕ ਮਾਮਲਾ ਦੀ ਪੁਲਿਸ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਖੇਤਰ ਵਿੱਚ ਹੁਣ ਤੱਕ ਦੀ ਨਸ਼ੇ ਦੀ ਮਿਲੀ ਸਭ ਤੋਂ ਵੱਡੀ ਖੇਪ ਹੈ ਜਿਸ ਤੋਂ ਬਾਅਦ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਮੰਗਲਵਾਰ ਨੂੰ ਜਿਸ ਦੇ ਬਾਰੇ ਹੁਣ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ 700 ਬਲਾਕ ਤੇ 13 ਸਟਰੀਟ ਨਾਰਥ ਦੇ ਉੱਤੇ ਉਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਰਚ ਵਾਰੰਟ ਵੀ ਕੱਢੇ ਗਏ ਇੱਕ ਰਿਹਾਈਸ਼ੀ ਥਾਂ ਦੇ ਜੋ ਕਿ 3500 ਬਲਾਕ ਤੇ ਵੀ ਐਵੇਨਿਊ ਸਾਊਥ ਦੇ ਉੱਤੇ ਹੈ ਜਿਸ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੈਥਬ੍ਰਿਜ ਪੁਲਿਸ ਨੇ 49300 ਡਾਲਰ ਕੈਸ਼ ਬਰਾਮਦ ਕੀਤਾ ਹੈ 478 ਗ੍ਰਾਮ ਫੈਂਟਨਲ ਬਰਾਮਦ ਕੀਤੀ ਹੈ 200 ਗ੍ਰਾਮ ਮੈਥਮਫੈਟਾਮਾਈਨ 260 ਗ੍ਰਾਮ ਕੋਕੀਨ ਤੇ ਇਸ ਦੇ ਨਾਲ ਹੀ 550 ਗ੍ਰਾਮ ਗੈਰ ਕਾਨੂੰਨੀ ਪੰਗ ਇਹ ਨਸ਼ਾ ਤੇ ਕੈਸ਼ ਬਰਾਮਦ ਕੀਤਾ ਗਿਆ ਹੈ ਜੋ ਇਹ ਨਸ਼ੇਬ ਬਰਾਮਦ ਕੀਤੇ ਗਏ ਨੇ ਉਹਨਾਂ ਦੀ ਮਾਰਕੀਟ ਦੇ ਵਿੱਚ ਕੀਮਤ ਕਰੀਬ 1,26,000 ਡਾਲਰ ਦੇ ਨੇੜੇ ਹੈ ਇਸ ਦੌਰਾਨ ਜਦੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਔਰਤ ਦੇ ਬਾਰੇ ਇਹ ਦੱਸਿਆ ਗਿਆ ਕਿ ਉਹ ਕੈਲਗਰੀ ਦੀ ਰਹਿਣ ਵਾਲੀ ਹੈ 28 ਸਾਲ ਉਸ ਦੀ ਉਮਰ ਹੈ ਜਿਸ ਦਾ ਨਾਮ ਡੂ ਐਂਡ ਤਰਨ ਦੱਸਿਆ ਗਿਆ ਹੈ ਜਿਸ ਦੇ ਉੱਤੇ ਇੱਕ ਨਹੀਂ ਸਗੋਂ ਕਈ ਮਾਮਲੇ ਦਰਜ ਕੀਤੇ ਗਏ ਨੇ ਜਿਸ ਨੂੰ ਕਿ ਅਦਾਲਤ ਵਿੱਚ ਜੂਨ 23 ਨੂੰ ਪੇਸ਼ ਕੀਤਾ ਜਾਵੇਗਾ ਅਗੇ ਤੋਂ ਦੱਸਾਂਗੇ ਕਿ ਇੱਕ ਬੱਚੇ ਦੀ ਜਾਨ ਜਾਣ ਦੇ ਮਾਮਲੇ ਵਿੱਚ ਉਸਦੇ ਪਿਤਾ ਨੂੰ ਜੋ ਸਜ਼ਾ ਸੁਣਾਈ ਗਈ ਹੈ ਤੇ ਇਸ ਮਾਮਲੇ ਦੇ ਬਾਰੇ ਅੱਗੇ ਕੀ ਹੋਰ ਅਪਡੇਟ ਹੈ ਉਸਦੇ ਬਾਰੇ ਸਕੈਟਨ ਵਿੱਚ ਆਪਣੇ 21 ਮਹੀਨੇ ਦੇ ਬੱਚੇ ਦੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਪਿਤਾ ਨੂੰ ਸਜ਼ਾ ਸੁਣਾਈ ਗਈ ਹੈ ਜਿਸ ਨੂੰ 6 ਸਾਲ 4 ਮਹੀਨੇ ਦੀ ਸਜ਼ਾ ਹੋਈ ਹੈ। ਜਾਣਕਾਰੀ ਮੁਤਾਬਕ ਵਿਅਕਤੀ ਦੀ ਪਤਨੀ ਕੈਲਵਿਨ ਮੈਕਲਮ ਨੂੰ ਵੀ ਮਾਮਲੇ ਵਿੱਚ 14 ਦਸੰਬਰ 2021 ਨੂੰ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ 20 ਮਾਰਚ 2019 ਵਿੱਚ ਡਾਊਨਟਾਊਨ ਦੇ ਪ੍ਰਿੰਸ ਐਲਬਰਟ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਬੱਚੇ ਦੇ ਬੇਹੋਸ਼ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਲ ਨਾਮ ਦੇ ਬੱਚੇ ਨੂੰ ਹਸਪਤਾਲ ਲਿਜਾਇਆ ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਤਥਾ ਦੇ ਇੱਕ ਬਿਆਨ ਦੇ ਮੁਤਾਬਕ ਮਲਜ਼ਮ ਮੈਕਲਮ ਨਿਕੋਲਸ ਵਿਕ ਦੀ ਨਾਲ ਇੱਕ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ ਜਿਸ ਨਾਲ ਉਸਦੀ ਇੱਕ ਧੀ ਵੀ ਰਹਿੰਦੀ ਸੀ। ਐਸਵਿਕ ਨੇ ਪੁਲਿਸ ਨੂੰ ਦੱਸਿਆ ਕਿ ਇਕੱਠੇ ਨਾਸ਼ਤਾ ਕਰਨ ਤੋਂ ਬਾਅਦ ਮੈਕਲਮ ਅਤੇ ਬੱਚੇ ਕਾਲ ਨੇ ਇਕੱਠੇ ਸ਼ਾਵਰ ਕੀਤਾ ਜਿਸ ਤੋਂ ਬਾਅਦ ਉਸ ਨੂੰ ਇੱਕ ਥੰਪ ਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦੋਂ ਦੋਵੇਂ ਬਾਥਰੂਮ ਵਿੱਚੋਂ ਬਾਹਰ ਆਏ ਤਾਂ ਮੈਕਲਮ ਨੇ ਉਸ ਨੂੰ ਸਿਗਰਟ ਖਰੀਦਣ ਲਈ ਕਿਹਾ। ਐਸਵਿਕ ਆਪਣੀ 2 ਸਾਲ ਦੀ ਧੀ ਅਤੇ ਕਾਲ ਨੂੰ ਮੈਕਲਮ ਨਾਲ ਛੱਡ ਕੇ ਚਲੀ ਗਈ ਸੀ ਜਾਣਕਾਰੀ ਮੁਤਾਬਕ ਜਦੋਂ ਐਸਵਿਕ ਚਲੀ ਗਈ ਉਸ ਤੋਂ ਬਾਅਦ ਮੈਕਲਮ ਕਾਲ ਨੂੰ ਬੈਡਰੂਮ ਵਿੱਚ ਲੈ ਗਿਆ ਅਤੇ ਬੱਚੇ ਦੇ ਨੱਕ ਵਿੱਚੋਂ ਕੁਝ ਲਾਲ ਨਿਕਲਦਾ ਦੇਖਿਆ ਜੋ ਬਰਗੰਡੀ ਬੁਲਬੁਲੇ ਜਾਂ ਚੱਗ ਜਾਂ ਪਤਲੇ ਖੂਨ ਵਰਗਾ ਦਿਖਾਈ ਦਿੰਦਾ ਸੀ ਮੈਗਲਮ ਨੇ ਕਾਲ ਦਾ ਨੱਕ ਪੁੰਜਿਆ ਅਤੇ ਆਪਣੇ ਪੁੱਤਰ ਨੂੰ ਸਿਪੀ ਕੱਪ ਦਿੱਤਾ ਤਥਾ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੱਚਾ ਰੋ ਰਿਹਾ ਸੀ ਜਦੋਂ ਮੈਗਲਮ ਨੇ ਉਸਦੇ ਢਿੱਡ ਵਿੱਚ ਜ਼ਬਰਦਸਤੀ ਮਾਰਿਆ ਜਿਸ ਨਾਲ ਬੱਚੇ ਨੂੰ ਬਹੁਤ ਜ਼ੋਰਦਾਰ ਝਟਕਾ ਲੱਗਿਆ ਜਦੋਂ ਐਸਟਵਿਕ ਵਾਪਸ ਆਈ ਉਸਨੇ ਅਤੇ ਮੈਗਲਮ ਨੇ ਇੱਕ ਸਿਗਰਟ ਪੀਤੀ ਜਦੋਂ ਮੈਗਲਮ ਆਪਣੇ ਬੇਟੇ ਦੀ ਜਾਂਚ ਕਰਨ ਲਈ ਗਿਆ ਤਾਂ ਉਸਨੇ ਦੇਖਿਆ ਕਿ ਉਹ ਜਵਾਬ ਨਹੀਂ ਦੇ ਰਿਹਾ ਸੀ ਅਤੇ ਐਸਟਵਿਕ ਨੂੰ ਐਂਬੂਲੈਂਸ ਬੁਲਾਉਣ ਲਈ ਕਿਹਾ ਪੈਰਾਮੈਡੀਕਸ ਨੇ ਪਾਇਆ ਕਿ ਕਾਲ ਸਾਹ ਨਹੀਂ ਲੈ ਰਿਹਾ ਸੀ ਅਤੇ ਉਸਦੀ ਧੜਕਣ ਵੀ ਨਹੀਂ ਚੱਲ ਰਹੀ ਸੀ। ਤਥਾਂ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੱਚੇ ਦੀਆਂ ਅੱਖਾਂ ਦੀਆਂ ਪੁਤਲੀਆਂ ਝਟਕਾ ਲੱਗਣ ਕਰਕੇ ਸੁੱਜੀਆਂ ਹੋਈਆਂ ਸੀ ਅਤੇ ਜ਼ਿਆਦਾ ਬਾਹਰ ਨੂੰ ਆਈਆਂ ਹੋਈਆਂ ਸੀ ਅਤੇ ਉਸ ਸਮੇਂ ਬੱਚੇ ਦੇ ਨੱਕ ਦੇ ਦੁਆਲੇ ਖੂਨ ਫੈਲਿਆ ਹੋਇਆ ਸੀ। ਮੁਲਜ਼ਮ ਮਕਲਮ ਗ੍ਰਿਫਤਾਰੀ ਤੋਂ ਬਾਅਦ ਹੀ ਹਿਰਾਸਤ ਵਿੱਚ ਹੈ ਅਤੇ ਮੰਗਲਵਾਰ ਨੂੰ ਉਸ ਨੂੰ ਇਸ ਅਪਰਾਧ ਲਈ 6 ਸਾਲ ਅਤੇ 4 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅਨਟਾਰੀਓ ਦੇ ਵਿੱਚ ਗੱਡੀਆਂ ਚੋਰੀ ਕਰਨ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਖਤੀ ਨਾਲ ਇਸ ਦੇ ਉੱਤੇ ਕਦਮ ਵੀ ਚੁੱਕੇ ਗਏ ਤੇ ਇਸੇ ਸੰਬੰਧੀ ਤਾਜ਼ਾ ਜਾਣਕਾਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਮਾਮਲੇ ਵੀ ਦਰਜ ਕੀਤੇ ਗਏ ਨੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਤੇ ਕਈ ਵਾਹਨ ਬਰਾਮਦ ਵੀ ਕੀਤੇ ਗਏ ਨੇ ਅਨਟਾਰੀਓ ਵਿੱਚ ਬੰਦੂਕ ਦੀ ਨੋਕ ਤੇ ਕਾਰ ਜੈਕਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਨੌਜਵਾਨਾਂ ਤੇ ਕਾਰ ਜੈਕਿੰਗ ਕਰਨ ਦੇ ਇਲਜ਼ਾਮ ਲੱਗੇ ਨੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮਾਮਲੇ ਵਿੱਚ ਉਹਨਾਂ ਨੇ ਟੋਰਾਂਟੋ ਦੇ ਇੱਕ 19 ਸਾਲਾ ਵਿਅਕਤੀ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੇ ਪਿਛਲੇ ਮਹੀਨੇ 11 ਦਿਨਾਂ ਤੱਕ ਬੰਦੂਕ ਦੀ ਨੋਕ ਤੇ ਦਰਜਨਾਕਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ 15 ਮਈ ਤੋਂ 26 ਮਈ ਦਰਮਿਆਨ ਹੈਂਡਕਨਾ ਨਾਲ ਲੈਸ ਦੋ ਵਿਅਕਤੀਆਂ ਨੇ ਸਕਾਰਬ੍ਰੋ ਵਿੱਚ 10 ਅਤੇ ਡਰਹਮ ਖੇਤਰ ਵਿੱਚ ਦੋ ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਪੰਜ ਵਾਹਨ ਚੋਰੀ ਕਰਕੇ ਫਰਾਰ ਹੋ ਗਏ ਕੁਝ ਕਿਸਮਤੀ ਨਾਲ ਵਾਹਨ ਚਾਲਕਾਂ ਵਿੱਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ ਇਸ ਤੋਂ ਬਾਅਦ ਪੁਲਿਸ ਨੂੰ ਬ੍ਰੈਮਟਨ ਦੇ ਇੱਕ ਖੇਤਰ ਵਿੱਚ ਇੱਕ ਚੋਰੀ ਹੋਏ ਵਾਹਨ ਨੂੰ ਚਲਾਉਣ ਵਾਲੇ ਦੋ ਵਿਅਕਤੀਆਂ ਦੀ ਸੂਚਨਾ ਮਿਲੀ ਸੀ ਇਸ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਟੇਕਡਾਊਨ ਦੀ ਸ਼ੁਰੂਆਤ ਕੀਤੀ ਅਤੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮੁਲਜ਼ਮਾਂ ਕੋਲੋਂ ਇੱਕ ਲੋਡੇਡ ਹੈਂਡਗਨ ਇੱਕ ਰੈਪਲੀਕਾ ਹੈਂਡਗਨ ਕਾਰ ਚੋਰੀ ਕਰਨ ਵਾਲੇ ਟੂਲ ਕਪੜੇ ਅਤੇ ਇੱਕ ਕਾਰ ਵੀ ਬ੍ਰਾਮਤ ਕੀਤੀ ਹੈ ਜੋ 18 ਮਈ ਨੂੰ ਸਕਾਰਪਰੋ ਡਰਾਈਵੇ ਤੋਂ ਚੋਰੀ ਹੋਈ ਸੀ ਬ੍ਰਾਮਤ ਕੀਤੇ ਗਏ ਹੋਰ 4 ਵਾਹਨ ਸਕਾਰਪਰੋ ਵਿੱਚ ਵੱਖ-ਵੱਖ ਥਾਵਾਂ ਤੇ ਛੱਡੇ ਹੋਏ ਸੀ ਫਿਲਹਾਲ ਮਾਮਲੇ ਵਿੱਚ ਦੋਵੇਂ ਨੌਜਵਾਨਾਂ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੁਲਿਸ ਵੱਲੋਂ ਅਜੇ ਵੀ ਕਾਰਜਕਿੰਗ ਦੇ ਮਾਮਲੇ ਵਿੱਚ ਜਾਂਚ ਜਾਰੀ ਰੱਖੀ ਜਾ ਰਹੀ ਹੈ ਕੈਨੇਡਾ ਦੇ ਵੱਖ-ਵੱਖਰੇ 에어ਪੋਰਟਸ ਦੇ ਉੱਤੇ ਸਮੇਂ ਸਟਾਫ ਦੀ ਕਮੀ ਪਾਈ ਜਾ ਰਹੀ ਹੈ ਇਹ ਕਾਰਨ ਦੱਸਦੇ ਹੋਏ ਵੱਡੇ ਪੱਦਰ ਦੇ ਉੱਤੇ ਯਾਤਰੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਖਾਸ ਤੌਰ ਦੇ ਉਤੇ ਕੋਮੰਤਰੀ 에ਅਰਪੋਰਟਸ ਦੇ ਉਤੇ ਤੇ ਸਭ ਤੋਂ ਜ਼ਿਆਦਾ ਜਿਹੜੀਆਂ ਸ਼ਿਕਾਇਤਾਂ ਨੇ ਹਟ੍ਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਬਾਰੇ ਯਾਤਰੀ ਸੋਸ਼ਲ ਮੀਡੀਆ ਦੇ ਉਤੇ ਕਈ ਆਪਣੀਆਂ ਵੀਡੀਓਜ਼ ਵੀ ਸਾਂਝੀਆਂ ਕਰ ਰਹੇ ਨੇ ਕਿ ਉਹਨਾਂ ਨੂੰ ਕਈ ਘੰਟਿਆਂ ਬੱਧੀ ਉਡੀਕ ਕਰਨੀ ਪੈ ਰਹੀ ਹੈ ਜਿੱਥੇ ਕਿ ਉਹਨਾਂ ਨੂੰ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸਟਾਫ ਦੀ ਕਮੀ ਕਰਕੇ ਜੋ ਉਹਨਾਂ ਦੀ ਪ੍ਰਕਿਰਿਆ ਹੈ ਉਹ ਹੌਲੀ ਹੋ ਰਹੀ ਹੈ ਜੇਕਰ ਉਹ 에어ਪੋਰਟ ਦੇ ਅੰਦਰ ਜਾਂਦੇ ਨੇ ਫਲਾਈਟ ਲੈਂਦੇ ਨੇ ਉਸ ਸਮੇਂ ਵੀ ਉਡੀਕ ਕਰਨੀ ਪੈ ਰਹੀ ਹੈ ਤੇ 에어ਪੋਰਟ ਤੋਂ ਬਾਹਰ ਆਉਣ ਵਾਸਤੇ ਵੀ ਉਹਨਾਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ ਜਿਸ ਤੋਂ ਬਾਅਦ ਪਰੇਸ਼ਾਨੀ ਦਾ ਉਹ ਸਾਹਮਣਾ ਕਰ ਰਹੇ ਨੇ ਤੇ ਇਸੇ ਸੰਬੰਧੀ 에어ਲਾਈਨਸ ਦੇ ਵੱਲੋਂ ਤੇ 에어ਪੋਰਟਸ ਦੇ ਅਧਿਕਾਰੀਆਂ ਦੇ ਵੱਲੋਂ ਕੈਨੇਡਾ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਟ੍ਰੈਵਲ ਦੇ ਵਿੱਚ ਦੇਰੀ ਨਾ ਹੋਵੇ एयरपोर्ट्स ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਲੋਕ ਸਾਹਮਣਾ ਨਾ ਕਰਨ ਉਸ ਵਾਸਤੇ ਸਰਕਾਰ ਦੇ ਵੱਲੋਂ ਇਹ ਕਦਮ ਚੁੱਕਿਆ ਜਾ ਸਕਦਾ ਹੈ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ ਜੋ ਕਿ ਇਸ ਸਮੇਂ ਹਜੇ ਵੀ ਲਾਗੂ ਨਹੀਂ ਜਿੱਥੇ ਇੱਕ ਪਾਸੇ ਵੱਖ-ਵੱਖਰੇ ਸੂਬੇ ਕੋਵਿਡ-19 ਦੀਆਂ ਹਦਾਇਤਾਂ ਨੂੰ ਤਕਰੀਬਨ ਹਟਾ ਹੀ ਚੁੱਕੇ ਨੇ ਪਰ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਇਹ ਹਦਾਇਤਾਂ ਹਜੇ ਨਹੀਂ ਹਟਾਈਆਂ ਜਾ ਰਹੀਆਂ ਤੇ ਜਿੰਨੇ ਵੀ 에어ਪੋਰਟ ਨੇ ਉਹ ਫੈਡਰਲ ਸਰਕਾਰ ਦੇ ਅਧੀਨ ਆਉਂਦੇ ਨੇ ਜਿਸ ਕਰਕੇ ਉੱਥੇ ਉਹ ਹਦਾਇਤਾਂ ਉਸੇ ਤਰ੍ਹਾਂ ਉਹਨਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਇਸ ਨੂੰ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਯਾਤਰੀਆਂ ਦੀ ਗਿਣਤੀ ਕਾਫੀ ਵੱਧ ਹੋ ਗਈ ਹੈ ਦੂਜੇ ਪਾਸੇ ਇਹਨਾਂ ਹਦਾਇਤਾਂ ਦੇ ਕਰਕੇ ਪ੍ਰਕਿਰਿਆਤ ਸਮਾਂ ਲੱਗਦਾ ਹੈ ਤੇ ਇੱਕ ਇਹ ਵੀ ਕਾਰਨ ਹੈ ਕਿ ਸਟਾਫ ਦੀ ਵੀ ਕਮੀ ਪਾਈ ਜਾ ਰਹੀ ਹੈ ਜਿਸ ਕਰਕੇ ਕਾਫੀ ਚੁਣੌਤੀਆਂ ਦਾ ਲੋਕ ਸਾਹਮਣਾ ਕਰ ਰਹੇ ਨੇ ਤੇ ਇਸੇ ਦਾ ਹੱਲ ਕੱਢਣ ਦੇ ਵਾਸਤੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਐਸਐਸ ਬਲਟਨ ਦੇ ਵਿੱਚ ਇਨਾ ਹੀ ਮੈਨੂੰ ਪੂਰਨਿਤ ਕਰਨ ਦੀ ਇਜਾਜ਼ਤ ਸਚ ਰਹਿ ਕਾਲ